ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਵਲੌਗ ਐਂਡ ਟਰੈਵਲ ਅੱਜ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਇਆ ਜੀ। ਆਪਾਂ ਦੇਹਰਾਦੂਨ ਦੀ ਬਹੁਤ ਹੀ ਵਧੀਆ ਪਿਆਰੀ ਲੋਕੇਸ਼ਨ ਜਿਹੜੀ ਕਿ ਦੇਹਰਾਦੂਨ ਦੇ ਵਿੱਚ ਬਣੀ ਹੋਈ ਹੈ ਜੀ, ਸ਼ਸਤਰ ਧਾਰਾ, ਜਿੱਥੋਂ ਕਿ ਤੁਸੀਂ ਮੇਰੇ ਪਿੱਛੋਂ ਦੇਖ ਰਹੇ ਹੋ ਕਿ ਪੂਰਾ ਵਾਟਰਫਾਲ ਜਿਹਾ ਵਾ, ਪਾਣੀ ਆ, ਬਹੁਤ ਠੰਡਾ ਪਾਣੀ ਆ ਰਿਹਾ ਵਾ। ਅਸੀਂ ਵੀ ਇਸ ਵਿੱਚ ਜਾਵਾਂਗੇ ਜੀ, ਨਹਾਉਂਦੇ ਹਾਂ। ਅਤੇ ਗਰਮੀ ਬਹੁਤ ਜ਼ਿਆਦਾ ਹੋਈ ਸੀ, 45 ਡਿਗਰੀ ਤਾਪਮਾਨ ਹੋਇਆ ਪਿਆ ਸੀਗਾ ਜੀ। ਅਤੇ ਹੁਣ ਸਾਡੇ ਸਾਥੀ ਆ ਗਏ ਨੇ, ਲਓ ਜੀ ਸਾਡੇ ਸਾਥੀ ਵੀ ਆ ਗਏ ਆ। ਮੋਟਰਸਾਈਕਲ ਆਪਾਂ ਲਾ ਲਈਏ ਸਾਈਡ 'ਤੇ, ਅਤੇ ਅਸੀਂ ਵੀ ਕੱਪੜੇ ਕੁੱਪੜੇ ਲਾ ਕੇ ਹੁਣ ਇਹਦੇ ਵਿੱਚ ਨਹਾਈਏ ਜਾ ਕੇ, ਥੋੜ੍ਹਾ ਜਿਹਾ ਠੰਡਾ ਕਰੀਏ ਸਰੀਰ ਨੂੰ ਜੀ। ਨਾਲ ਦੀ ਨਾਲ ਵੀਡੀਓ ਨਾਲ ਜੁੜੇ ਰਹੋ ਜੀ। ਆਪਾਂ ਮੋਟਰਸਾਈਕਲ ਪਾਰਕਿੰਗ ਲਗਾਤਾ ਆਪਦਾ, ਇੱਧਰਲੇ ਪਾਸੇ ਪਾਰਕਿੰਗ ਆ, ਇੱਧਰ ਗੱਡੀਆਂ ਪਾਰਕ ਲੱਗਦੀਆਂ ਨੇ ਸ਼ਸਤਰ ਧਾਰਾ ਦੇ ਵਿੱਚ। ਅਤੇ ਪਹਿਲਾਂ ਆਪਾਂ ਕੁਛ ਖਾਵਾਂਗੇ ਜੀ, ਪਿਆਸ ਬਹੁਤ ਲੱਗੀ ਆ, ਫਿਰ ਚੱਲਦੇ ਹਾਂ ਜੀ। ਲਓ ਜੀ ਬਹੁਤ ਹੀ ਵਧੀਆ ਆਏ ਹੋਏ ਨੇ ਜੀ ਦੇਹਰਾਦੂਨ ਦੇ ਵਿੱਚ। ਜਦੋਂ ਵੀ ਤੁਸੀਂ ਆਉਂਦੇ ਹੋ ਇਸ ਜਗ੍ਹਾ ਨੂੰ ਮਿਸ ਕਰਨਾ ਨਾ ਕਦੇ ਭੁੱਲਿਓ। ਲਓ ਜੀ ਪੂਰੀ ਟੀਮ ਆਪਣੀ ਇਕੱਠੀ ਹੋ ਗਈ ਆ, ਫਿਰ ਚੱਲੇ ਹਾਂ ਆਪਾਂ ਨਦੀ ਦੇ ਵਿੱਚ। ਨਦੀ ਬਹੁਤ ਪਿਆਰੀ ਆ, ਉੱਤੇ ਦੇਖੋ ਝੰਡੇ ਦੇਖ ਸਕਦੇ ਹੋ ਤੁਸੀਂ, ਇੰਨੇ ਪਿਆਰੇ ਝੰਡੇ ਲੱਗੇ ਹੋਏ ਆ। ਤੇ ਚੱਲਦੇ ਆ, ਗਰਮੀ ਵੀ ਥੋੜਾ, ਟੈਂਪਰੇਚਰ 45 ਡਿਗਰੀ ਹੋਇਆ ਪਿਆ। ਇਹ ਰਾਈਡਰ ਇੱਥੇ ਸਟੇ ਕੀਤੀ ਜੀ, ਅਸੀਂ ਰਾਈਡਰਾਂ ਦੀ ਸਟੇ ਹੋਈ ਹੈ ਇੱਥੇ, ਬਹੁਤ ਵਧੀਆ ਏਰੀਆ ਵਾ। ਉੱਤਰਾਖੰਡ ਸਰਕਾਰ ਨੂੰ ਕਹਿਣਾ ਚਾਹੁੰਦਾ ਵਾ ਵੀ ਇਹੋ ਜਿਹਾ ਸਾਡਾ ਥੋੜ੍ਹੇ ਸਾਡੇ ਭਗਵੰਤ ਮਾਨ ਸਾਹਿਬ ਨੂੰ ਵੀ ਕਿਹਾ ਜਾਵੇ ਉਹ ਥੋੜ੍ਹੇ ਨਿਗਰਾਨੀ 'ਚ ਆਉਣ, ਉੱਧਰ ਵੀ ਇਹ ਬਣਨੇ ਚਾਹੀਦੇ ਏਰੀਆ, ਮਾਹੌਲ ਬਹੁਤ ਇੱਥੇ ਬਹੁਤ ਵਧੀਆ। ਚਲੋ ਚੱਲਦੇ ਹਾਂ ਜੀ ਫਿਰ, ਇੱਥੇ ਆਏ ਹਾਂ ਅਸੀਂ ਇਸ ਟਾਈਮ, ਬਹੁਤ ਵਧੀਆ ਜਗ੍ਹਾ ਇਹ। ਆਹ ਮੁੰਡਾ ਮਿਲਿਆ ਜੀ ਇੱਕ, ਆਪਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਈ? ਅਲਫ ਲੈਲਾ। ਇਹ ਐਵੇਂ ਵੇਲ ਬਣ ਰਿਹਾ ਸੀ ਮੱਛਲੀ, ਜਿਹੜੀ ਮੱਛਲੀ ਨਹੀਂ ਹੁੰਦੀ, ਮੱਛਲੀ ਜਲ ਕੀ ਰਾਨੀ ਹੈ, ਜੀਵਨ ਉਸਕਾ ਪਾਣੀ ਹੈ, ਹੱਥ ਲਗਾਏ ਡਰ ਜਾਏਗੀ ਔਰ ਇਸਕੋ ਬਾਹਰ ਨਿਕਾਲ ਸਾਲਾ ਜੀ ਮਰ ਜਾਏਗਾ। ਦੇਖੋ ਜੀ ਜਨਤਾ ਪੂਰੀ ਮੌਜ ਕਰ ਰਹੀ ਹੈ, ਮਸਤੀ ਪੂਰੀ, ਠੰਡਾ ਮੌਸਮ ਹੋਇਆ ਪਿਆ, ਠੰਡਾ ਹੀ ਉਰੇ ਪਾਣੀ ਬਹੁਤ ਜ਼ਿਆਦਾ ਚੀਲਦਾ ਜੀ। ਲਓ ਜੀ ਆਪਣੇ ਵੀ ਜੇ ਪੰਜਾਬ 'ਚ ਇੱਕ ਅੱਧਾ ਇੱਦਾਂ ਦਾ ਬਣ ਜਾਵੇ ਤਾਂ ਬੈਂਕ ਨਾਲ ਗੱਲਾਂ ਹੀ ਵੱਖਰੀਆਂ ਨੇ ਜੀ, ਕਿਉਂਕਿ 50% ਲੋਕ ਤਾਂ ਇੱਥੇ ਪੰਜਾਬ ਦੀ ਆਏ ਹੋਏ ਨੇ ਉੱਤਰਾਖੰਡ ਦੇ ਵਿੱਚ। ਪਰ ਜਦੋਂ ਵੀ ਤੁਸੀਂ ਇਸ ਏਰੀਏ 'ਚ ਆਉਂਦੇ ਹੋ ਜੀ ਤਾਂ ਜ਼ਰੂਰ ਇਹ ਜਗ੍ਹਾ ਨੂੰ ਦੇਖਿਓ ਜੀ, ਸ਼ਸਤਰ ਧਾਰਾ ਵਾ ਇਹਦਾ ਨਾਮ। ਬਹੁਤ ਹੀ ਵਧੀਆ ਇੱਦਾਂ ਪੂਲ ਟਾਈਪ ਬਣੇ ਹੋਏ ਆ, ਸਾਰੇ ਅਲੱਗ ਅਲੱਗ ਖਾਨੇ ਬਣੇ ਹੋਏ ਆ, ਬਹੁਤ ਹੀ ਜ਼ਿਆਦਾ ਠੰਡਾ ਪਾਣੀ ਆ ਜੀ। ਅਤੇ ਦੇਖੋ ਜੀ ਕਿੱਦਾਂ ਲੋਕ ਫੰਕਸ਼ਨ ਕਰ ਰਹੇ ਨੇ ਨਾਲ ਬੈਠੇ, ਉਹ ਬਾਈ ਦੇਖੋ ਕੰਡੇ ਦੇ ਬੈਠੇ ਨਿਊਡਲ ਖਾ ਰਹੇ ਨੇ, ਤੁਸੀਂ ਆਪ ਦੇਖ ਸਕਦੇ ਹੋ। ਅਤੇ ਆਪਾਂ ਵੀ ਚੱਲਦੇ ਹਾਂ ਅੰਦਰ ਪਾਣੀ ਦੇ, ਦੇਖਦੇ ਹਾਂ ਪਾਣੀ ਦਾ। ਦੇਖੋ ਜੀ ਇੱਕ ਵਾਰੀ
ਕੀ ਹੁੰਦਾ ਵਾ ਉਹਨਾਂ ਦੀ ਥੱਲੇ ਪੋਚਦੀ ਜਿੰਨਾ ਦੇ ਥੱਲੇ ਥੁੱਲੇ ਚੱਲੀਆਂ ਦੀਆਂ ਗੋਡੀਆਂ ਚੁੱਕੀਆਂ ਚੱਲੀਆਂ ਦੀਆਂ ਬੋਲੀਆਂ ਚੁੱਕੀਆਂ ਕੋਈ ਨਾ ਹੰਦਾ ਚੁੱਕੀਆਂ ਕਿੱਥੋਂ ਦੀ ਯਾਰ ਤਰੇ ਆ ਕੁੱਤੀਆਂ ਦੇ ਖਾ ਪਲੇ ਆ ਦੇ ਪਾਪ ਚ ਟੁੱਟ ਪਰੇ ਆ ਚੱਲੀ ਹਥਿਆਰ ਟੰਗੇ ਦੀ ਜਿਸ ਤੋਂ ਤਿੰਨ ਜੀ ਗਏ ਆ ਕੁੱਤੀਆਂ ਦੇ ਖਾ ਪਲੇ ਆ ਦੇ ਪਾਪ ਚ ਟੁੱਟ ਪਰੇ ਆ ਚੱਲੀ ਹਥਿਆਰ ਟੰਗੇ ਦੀ ਮੇਰੇ ਦਿਨਾਂ ਪਾਓ ਸਾਲ ਕੀ ਨੂੰ ਮਾਰਨ ਗਿਆ ਜੀ ਲੱਗਿਆ ਆਪਦਾ ਗਾਣਾ ਜਿਹੜਾ ਕਿ ਬਾਪੂ ਤੇ ਲਿਖਿਆ ਸੀ ਬਹੁਤ ਹੀ ਘੈਂਟ ਗਾਣਾ ਬਾਈ ਸਾਰੇ ਵੀਰ ਸਪੋਰਟ ਕਰਿਓ ਬਾਈ ਨੂੰ ਲਓ ਜੀ ਸੁਣੋ ਵੀਰ ਦੀ ਬੈਠਕ ਨੇੜੇ ਜੋ ਜੋ ਦੇਖੇ ਮੇਲੇ ਮੈਨੂੰ ਭੁੱਲਦੇ ਨਹੀਂ ਜਿੱਦ ਕਰਕੇ ਤੇਰੇ ਮਗਰ ਲੱਗਣ ਤੇ ਸਾਈਕਲ ਦੇ ਝੂਟੇ ਭੁੱਲਦੇ ਅੱਜ ਖਾਲੀ ਖਾਲੀ ਵਿਹੜਾ ਬੂਹਾ ਵੱਜਦਾ ਨਾ ਕਿਉਂ ਵਰਗਾ ਕੋਈ ਦੋਸਤ ਜੱਗ ਤੇ ਲੱਭਦਾ ਨਾ ਹੋ ਬਾਪੂ ਵਰਗਾ ਦੋਸਤ ਜੱਗ ਤੇ ਲੱਭਦਾ ਨਾ ਵਾਹ ਜੀ ਵਾਹ ਕੀ ਗਾਣਾ ਵੀਰ ਬਾਜ ਬਹੁਤ ਵਧੀਆ ਬਾਈ ਜੋਤ ਦੀ ਸਾਰੇ ਭਰਾ ਸਪੋਰਟ ਕਰਿਓ ਗਾਣੇ ਨੂੰ ਵੀਰੇ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਈ ਦਾ ਗਾਣਾ ਯੂਟਿਊਬ ਤੇ ਤੁਸੀਂ ਸਰਚ ਕਰ ਸਕਦੇ ਹੋ ਬਾਪੂ ਗਾਣਾ ਮਾ ਪਿਓ ਵਰਗਾ ਗਾਣਾ ਦਾ ਨਾਮ ਆ ਜੀ ਬਾਪੂ ਦੇ ਗਾਣਾ ਲਿਖਿਆ ਹੋਇਆ ਬਾਈ ਨੂੰ ਜ਼ਰੂਰ ਸਪੋਰਟ ਕਰਿਓ ਜੀ ਲਓ ਜੀ ਸਾਡੇ ਆ ਸੰਦੀਪ ਸਿੰਘ ਜੀ ਬੈਠੇ ਨੇ ਉੱਚੇ ਉੱਚੇ ਪਹਾੜਾਂ ਦੇ ਉੱਤੇ ਪੱਥਰਾਂ ਦੇ ਉੱਤੇ ਬਾਈ ਹੁਣ ਇਹਨਾਂ ਦੀ ਜਵਾਨੀ ਵੀ ਆਪਾਂ ਕੋਈ ਸੁਣਦੇ ਹਾਂ ਕਿ ਇਹਨਾਂ ਦੀ ਆਵਾਜ਼ ਕਿਹੋ ਜੀ ਆ ਲਓ ਜੀ ਸੰਦੀਪ ਸਿੰਘ ਕੋਈ ਗਾਣਾ ਸੁਣਾਓ ਕਿਹੜਾ ਗਾਣਾ ਸੁਣਦੇ ਹਿੰਦੀ ਪੰਜਾਬੀ ਆਪਾਂ ਪੁਰਾਣਾ ਓਲਡ ਗਾਣਾ ਸੁਣਾਓ ਪੁਰਾਣਾ ਕੋਈ
ਸਾਡੇ ਨਾ ਬਤਾਇਆ ਅੱਜ ਚੇਤਾ ਵੀ ਨਾ ਆਇਆ ਸਾਨੂੰ ਦੇਖਦੇ ਆ ਸਾਰੇ ਅੱਖ ਫੇਰ ਲਈ ਮੱਥੇ ਤੇ ਵੱਟ ਪਾਏ ਹੋਏ ਨੇ ਓਏ ਤਾਂ ਬਦਲੇ ਸਜਣ ਰਾਤੋ ਰਾਤ ਜਿਵੇਂ ਕਿਸੇ ਦੇ ਸਿਖਾਏ ਹੋਏ ਨੇ ਇਦਾਂ ਬਦਲੇ ਸਜਣ ਰਾਤੋ ਰਾਤ ਜਿਵੇਂ ਕਿਸੇ ਦੇ ਸਿਖਾਏ ਹੋਏ ਨੇ ਲਓ ਜੀ ਵੀਰੇ ਇੱਕ ਗਾਣਾ ਤੁਸੀਂ ਸੁਣਾਓ ਹੁਣ ਮੂਸੇ ਵਾਲੇ ਦਾ ਬਾਈ ਮੂਸੇ ਵਾਲੇ ਦਾ ਕੋਈ ਵਧੀਆ ਗਾਣਾ ਸੁਣਾਓ ਕਿਉਂਕਿ ਇੱਦਾਂ ਦਾ ਮਾਹੌਲ ਹੋਵੇ ਤੇ ਮੂਸੇ ਵਾਲੇ ਦਾ ਗਾਣਾ ਨਾ ਹੋਵੇ ਹੋਈ ਨੀ ਸਕਦਾ ਹੁਣ ਨਿੰਦਿਆ ਤੇ ਚੁਗਲੀ ਕਿਸੇ ਦੀ ਕਰੀਦੀ ਆਪਣੀ ਵਿਆਹੀ ਵੀ ਕਦੇ ਨੀ ਛੱਡੀ ਦੀ ਐਵੇਂ ਨੀ ਲਾੜੀ ਦੀ ਤਾਈ ਬਣ ਜਾਈਦਾ ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ ਉਹ ਸੋਹਣਿਆਂ ਦੇ ਨਾਲ ਧੋਖਾ ਨੀ ਕਮਾਈਦਾ ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ ਕਿਸੇ ਬਾਈ ਚਮਕੀਲੇ ਦਾ ਤੇ ਹੁਣ ਮੂਸੇ ਵਾਲੇ ਦਾ ਸੁਣਾਓ ਮੂਸੇ ਵਾਲੇ ਦਾ ਕਿਹੜਾ ਸੁਣਨਾ ਚਾਹੋਗੇ ਬਹੁਤ ਗਾਣੇ ਓ ਸੁਣਾ ਦੋ ਤੁਸੀਂ ਮੂਸੇ ਵਾਲੇ ਦਾ ਉਮਰ ਦੇ ਹਿਸਾਬ ਨਾਲ ਦੂਣਾ ਰੁਤਬਾ ਹੋਣਾ ਨਹੀਂ ਉਹ ਕਾਲਾ ਹੀ ਖਲਾਕੀ ਚੱਲਦਾ ਅੱਖਾਂ ਚ ਤਾਂ ਕੀ ਕੋਈ ਸ਼ੈ ਜਲਦੀ ਐਵੇਂ ਨਹੀਂ ਕੋਈ ਦੁਨੀਆ ਤੋਂ ਅੱਗੇ ਚੱਲਦਾ ਉਹ ਪਿਛਲੇ ਕੋਈ ਧਰਮ ਦਾ ਧਨੀ ਲੱਗਦਾ ਨਾ ਕੋਈ ਲਜ਼ਮਾ ਜੇ ਅੱਠ ਵਾਜਾ ਮਿੱਠੀ ਹੈ ਉਹ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੁ ਵਧੀਆ ਮਾਹੌਲ ਆ ਜੀ ਇੱਥੇ ਪਹਾੜਾਂ ਦੇ ਵਿੱਚ ਝੰਡੇ ਜਿਹੜੇ ਲੱਗੇ ਆ ਬਹੁਤ ਵਧੀਆ ਮਾਹੌਲ ਬਣਾ ਦਿੰਦੇ ਆ ਝੰਡੇ ਉੱਤਰਾਖੰਡ ਦੀ ਯਾਦ ਕਰਾ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਝੰਡੇ ਹੀ ਝੰਡੇ ਹੋਏ ਪਏ ਆ ਤੇ ਪਹਾੜ ਦੇਖੋ ਕਿੰਨੇ ਵਧੀਆ ਲੱਗਦੇ ਪਏ ਆ ਪਹਾੜਾਂ ਦੇ ਵਿੱਚ ਬਣੀ ਹੋਈ ਆ ਇਹ ਝੀਲ ਇਹਦਾ ਨਾਮ ਆ ਜੀ ਇਹਨੇ ਛਾਲ ਮਾਰਨੀ ਆ ਇਹ ਆਓ ਦੇ ਬਚ ਗਿਆ ਜੀ ਇਹਨੇ ਛਾਲ ਛੱਡੀ ਬਹੁਤ ਹੀ ਵਧੀਆ ਚੋਬਰ ਸਿੱਖਿਆ ਹੋਇਆ ਉੱਧਰ ਵੀ ਛੱਡੀ ਉਹਨੇ ਛਾਲ ਸਿਰ 'ਚ ਮਾਰਨੀਆਂ ਸੀ ਲੱਤਾਂ ਬਚਾ ਹੋ ਗਿਆ ਚਲੋ ਇਹ ਉਹ ਦੇਖੋ ਜੀ ਮੱਛੀਆਂ ਬਣੇ ਫੇਰਦੇ ਆ ਤੁਸੀਂ ਦੇਖ ਸਕਦੇ ਹੋ ਵੀ ਲੋਕ ਕਿੰਨਾ ਕੁ ਇੰਜੋਏ ਕਰਦੇ ਪਏ ਆ ਇਸ ਝੀਲ ਦੇ ਵਿੱਚ ਬਸ ਕੇ ਜਵਾਕ ਵੀ ਇੰਜੋਏ ਕਰ ਰਹੇ ਨੇ ਠੰਡਾ ਵਾ ਜੀ ਪੂਰਾ ਸਵਾਦ ਇੱਕ ਉੱਤੋਂ ਦੀ ਹਵਾ ਠੰਡੀ ਚੱਲਦੀ ਪਈ ਆ ਪਿੱਛੇ 5 ਕਿਲੋਮੀਟਰ ਦੇ ਪਿੱਛੇ ਇੰਨੀ ਕੁ ਗਰਮੀ ਸੀ ਸਾਨੂੰ ਇਹ ਸੀਗਾ ਵੀ ਬਸ ਪਾਣੀ ਕਦੋਂ ਆਵੇ ਪਾਣੀ ਆ ਗਿਆ ਜੀ ਤੇ ਹੁਣ ਪਾਣੀ ਦੇ ਵਿੱਚ ਪੈਰ ਰੱਖਣਾ ਵੀ ਸਾਡਾ ਮੁਸ਼ਕਲ ਹੋਇਆ ਪਿਆ ਇੰਨਾ ਕੁ ਠੰਡਾ ਪਾਣੀ ਹੋ ਗਿਆ ਤੁਸੀਂ ਝੰਡੀਆਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕੁ ਹਵਾ ਚੱਲਦੀ ਹੋਊਗੀ ਕਿੰਨਾ ਕੁ ਉਰੇ ਪਾਣੀ ਠੰਡਾ ਹੋਊਗਾ ਜੀ ਤੁਸੀਂ ਆਪ ਦੇਖ ਸਕਦੇ ਹੋ ਬਹੁਤ ਜ਼ਿਆਦਾ ਇੰਜੋਏ ਆ ਜੀ ਇਸ ਜਗ੍ਹਾ ਦੇ ਉੱਤੇ ਜ਼ਰੂਰ ਆਇਓ ਤੁਸੀਂ ਦੇਖ ਸਕਦੇ ਹੋ ਤੇਰੇ ਨਾਲ ਕਰ ਕਨੇ ਹੁਣ ਗਾਣਾ ਸੁਣਾਉਣਗੇ ਜੀ ਪੱਗ ਦਾ ਲੜ ਸੈੱਟ ਕਰ ਲਿਆ ਤੇ ਚਲੋ ਜੀ ਚਲੋ ਉਹ ਤੇਰੇ ਨਾਲ ਤਾਰਕਾਨੇ ਯਾਰੀ ਲੱਗੀ ਨੂੰ ਨੀ ਦਿਨ ਹਜੇ ਹੋਏ ਵੀ ਨਾ ਉਹ ਤੇਰੇ ਬਿਨਾ ਤਾਰਕਾਨੇ ਮੁੰਡਾ ਸਾਰ ਲੂ ਯਾਰਾਂ ਬਿਨਾ ਲੱਗੇ ਜੀਣਾ ਉਹ ਖੂਬੀ ਲਗਾ ਮੈਂ ਗਣਾਉਣ ਕੱਲੇ ਕੱਲੇ ਦੀ ਖੂਬੀ ਲਗਾ ਮੈਂ ਗਣਾਉਣ ਕੱਲੇ ਕੱਲੇ ਦੀ ਉਹ ਸਾਰੀ ਗੱਲ ਸੱਚ ਦੱਸਦਾ ਉਹ ਐਵੇਂ ਜਾਣੀ ਨਾ ਮੰਡੀਰ ਤੁਰੀ ਫਿਰਦੀ ਯਾਰਾਂ ਵਿੱਚ ਰੱਬ ਵੱਸਦਾ ਓਏ ਮੈਂ ਜਾਣੀ ਨਾ ਮੰਡੀਰ ਤੁਰੀ ਫਿਰਦੀ ਓ ਯਾਰਾਂ ਵਿੱਚ ਰੱਬ ਵੱਸਦਾ ਵਾਹ ਜੀ ਵਾਹ ਕਿਆ ਗਾਣਾ ਸੁਣਾਇਆ ਬਈ ਯਾਰਾਂ ਵਿੱਚ ਰੱਬ ਵੱਸਦਾ ਬੱਲੇ ਉਹ ਦੇਖੋ ਇੱਕ ਉਧਰਲੇ ਪਾਸੇ ਚਾਹ ਪਲਾਉਂਦਾ ਪਿਆ ਬਾਈ ਉਹ ਦੇਖੋ ਟੂਬ ਦੇ ਨਜ਼ਾਰੇ ਉਹ ਦੇਖੋ ਜੀ ਦੇਖ ਸਕਦੇ ਹੋ ਜੀ ਆਹ ਕੀ ਕਰਤਾ ਲਓ ਜੀ ਵਾਹ ਜੀ ਕਿਆ ਢਾਬਾ ਵਾ
ਦੁਨੀਆ ਫੁੱਲ ਇੰਜੋਏ ਕਰਦੀ ਆ, ਟੂਪ ਆ ਗਈ ਆ ਦੇਖ ਸਕਦੇ ਹੋ। ਡਿੱਗਣਗੇ ਆ ਦੇਖੋ ਜੀ, ਮੈਨੂੰ ਲੱਗਦਾ ਵਾ ਡਿੱਗਣਗੇ, ਕੋਸ਼ਿਸ਼ ਬੋਲ ਲਾ ਇਹਨਾਂ ਦੀ ਡਿੱਗਣ ਦੀ, ਉੱਤੋਂ ਪੱਥਰ ਦੇ ਉੱਤੇ ਆ ਸਿਰ ਵੀ ਵੱਜ ਸਕਦਾ ਬਾਈ, ਗਲਤ ਗੱਲਾਂ ਕਰਦੇ ਨੇ ਦੇਖਦੇ ਆ। ਇਹ ਲਓ ਜੀ, ਇਹ ਬਹਿ ਗਏ, ਉਹ ਗਏ ਪਲਟ ਗਏ, ਪਲਟ ਗਏ ਓਏ। ਧਰੀ ਮੰਦਰ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਹਾਈਟ ਦੇ ਉੱਪਰ ਆ ਜੀ, ਅਤੇ ਪੈਦਲ ਰਸਤਾ ਬਹੁਤ ਜ਼ਿਆਦਾ ਡਿਫਰੈਂਟ ਆ, ਔਖਾ ਵਾ ਜੀ ਇਹਦਾ, ਡਿਫੀਕਲਟ ਆ, ਅਤੇ ਸਾਹਮਣੇ ਰੋਪਵੇ ਚੱਲਦਾ ਵਾ, ਰੋਪਵੇ ਦੇ ਰਾਹੀਂ 2 ਕਿਲੋਮੀਟਰ ਦਾ ਜੀ, ਅਤੇ 200 ਰੁਪਈਆ ਲੈਂਦੇ ਨੇ ਲਿਖਿਆ ਹੋਇਆ ਬੋਰਡ ਦੇ ਉੱਪਰ, ਬਾਕੀ ਇਹਦੇ ਬਾਰੇ ਆਪਾਂ ਨੂੰ ਇੰਨਾ ਹੈ ਨਹੀਂ ਗਾ ਜੀ, ਬੋਰਡ ਦੇ ਉੱਪਰ ਜੋ ਲਿਖਿਆ ਆਪਾਂ ਤੁਹਾਨੂੰ ਦੱਸਤਾ ਜੀ। ਰੋਪਵੇ ਜਾਂਦਾ ਵਾ ਦੇਖ ਲਓ ਉੱਪਰ ਸਿੱਧਾ ਮੰਦਰ ਦੇ ਚੋਟੀ ਦੇ ਉੱਪਰ ਬਣਿਆ ਹੋਇਆ ਜੀ, ਅਤੇ ਆਹ ਲਾਈਨ ਜਿਹੜੀ ਤੁਸੀਂ ਦੇਖ ਸਕਦੇ ਹੋ ਸਾਰੀ ਰੋਪਵੇ ਦੀ ਲਾਈਨ ਆ, ਹੈ ਉਹ ਸਾਹਮਣੇ ਲੱਗਿਆ ਜੀ। ਉਸ ਜਗ੍ਹਾ ਦੇ ਉੱਤੇ ਇੱਕ ਗੱਲ ਦੇਖੀ ਆ, ਜਿੰਨੇ ਵੀ ਬੋਰਡ ਦੁਕਾਨਾਂ ਦੇ ਨੇ ਸਾਰੇ ਰੈੱਡ ਕਲਰ ਵਾਈਟ ਕਲਰ 'ਚ ਲਿਖਿਆ ਹੋਇਆ, ਜਿਵੇਂ ਦੇਖੋ ਹੋਟਲ ਮਰਾਠਾ ਪੈਲਸ, ਦੇਵ ਹਿੱਲ ਹੋਟਲ, ਇੱਦਾਂ ਕੋਈ ਵੀ ਦੁਕਾਨ ਆ ਜੀ, ਸਾਰੇ ਲਾਲ ਰੰਗ ਦੇ ਬੋਰਡ ਇਸ ਜਗ੍ਹਾ 'ਤੇ ਮਿਲਦੇ ਆ, ਡੇਹਰਾਦੂਨ ਦੇ ਵਿੱਚ ਹੋਰ ਕੋਈ ਕਲਰ ਨਹੀਂ ਮਿਲਦਾ। ਭੀੜ ਬਹੁਤ ਜ਼ਿਆਦਾ ਹੋਈ ਪਈ ਆ ਇਸ ਜਗ੍ਹਾ ਦੇ ਉੱਪਰ, ਦੇਖੋ ਕਿੰਨੀ ਟ੍ਰੈਫਿਕ ਆ। ਹਾਂਜੀ ਦੋਸਤੋ, ਮਿਲਦੇ ਹਾਂ ਹੁਣ ਆਪਾਂ ਕੱਲ੍ਹ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜੀ। ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕੋਨ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ।